ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼ੁੱਕਰਵਾਰ ਨੂੰ ਮੋਹਾਲੀ ਵਿਖੇ ਵੀਰ ਦਵਿੰਦਰ ਸਿੰਘ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਉਹਨਾਂ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਖਡੂਰ ਸਾਹਿਬ ਸੀਟ ਉਹਨਾਂ ਦੀ ਜੱਦੀ ਸੀਟ ਹੈ ਤੇ ਦੋਹਾਂ ਸੀਟਾਂ ਤੇ ਅਕਾਲੀ ਦਲ ਦੇ ਉਮੀਦਵਾਰ ਚੋਣ ਲੜਨਗੇ। ਭਾਵੇਂ ਹੀ ਬਸਪਾ, ਆਪ, ਪੰਜਾਬੀ ਏਕਤਾ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਦੇ ਨਾਲ ਉਹਨਾਂ ਦਾ ਸਮਝੌਤਾ ਹੋਵੇ ਜਾਂ ਨਾ ਹੋਵੇ, ਤੁਹਾਨੂੰ ਵੀ ਦੱਸ ਦਈਏ ਕਿ ਅਜੇ ਤੱਕ ਅਕਾਲੀ ਦਲ ਟਕਸਾਲੀ ਵੱਲੋਂ ਚੋਣ ਮਨੋਰਥ ਪੱਤਰ ਵੀ ਤਿਆਰ ਨਹੀਂ ਕੀਤਾ ਗਿਆ ਹੈ ਅਤੇ ਪਾਰਟੀ ਦਾ ਜਥੇਬੰਦਕ ਢਾਂਚਾ ਵੀ ਤਿਆਰ ਨਹੀਂ ਹੋਇਆ ਹੈ। ਇਸ ਬਾਰੇ ਬ੍ਰਹਮਪੁਰਾ ਨੇ ਪੱਤਰਕਾਰਾਂ ਦਾ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਜਲਦੀ ਹੀ ਚੋਣ ਮੈਨੀਫੈਸਟੋ ਅਤੇ ਜਥੇਬੰਦਕ ਢਾਂਚਾ ਵੀ ਬਣਾ ਲੈਣਗੇ। ਇਲੈਕਸ਼ਨ ਦਾ ਜਿਹੜਾ ਵਿਗਲ ਹੈ ਉਹ ਵੱਜ ਗਿਆ ਵਾ। ਇਸ ਹਲਕੇ ਦੇ ਵਿੱਚੋਂ ਪਾਰਲੀਮੈਂਟਰੀ ਕੰਸਟੀਚੁਐਂਸੀ ਅਨੰਦਪੁਰ ਸਾਹਿਬ ਦੇ ਵਿੱਚੋਂ ਸਰਦਾਰ ਵੀਰ ਦਵਿੰਦਰ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਨੇ ਔਰ ਇਹ ਤਾਂ 10-15 ਦਿਨ ਤੋਂ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਤਗੜੇ ਹੋ ਕੇ ਕੰਮ ਕਰੋ, ਤੁਸੀਂ ਇਲੈਕਸ਼ਨ ਲੜਨੀ ਆ ਅਤੇ ਤੁਸੀਂ ਇੱਥੋਂ ਜਿੱਤਣਾ ਵਾ, ਤਗੜੇ ਹੋ ਕੇ ਕੰਮ ਕਰੋ। ਸੋ ਕੰਮ ਚੱਲ ਰਿਹਾ ਜੀ। ਤੁਸੀਂ ਇਹ ਵੇਖੋ ਕਿ ਅਸੀਂ ਇਲੈਕਸ਼ਨ ਵੀ ਲੜ ਰਹੇ ਹਾਂ ਅਤੇ ਅਸੀਂ ਨਾਲੋ ਨਾਲ ਆਪਣਾ ਜਿਹੜਾ ਪਾਰਟੀ ਦਾ ਢਾਂਚਾ ਵਾ ਉਹ ਵੀ ਬਣਾ ਰਹੇ ਹਾਂ। ਜਿਹੜੇ ਲੋਕ ਨੇ ਉਹ ਵੀ ਆ ਰਹੇ ਨੇ, ਉਹਨਾਂ ਨੂੰ ਸ਼ਾਮਿਲ ਵੀ ਆ ਜਿੱਤਣਾ ਹੋਣੇ, ਇਹ ਵੀ ਕੰਮ ਚੱਲਦਾ ਰਹਿਣਾ, ਸਾਰੇ ਕੰਮ ਚੱਲਦੇ ਰਹਿਣੇ ਆ। ਤੁਸੀਂ ਵੇਖੋਗੇ ਬਹੁਤ ਛੇਤੀ ਇਹ ਬਹੁਤ ਵੱਡੀ ਪਾਰਟੀ ਜਿਹੜੀ ਬਣ ਜੂਗੀ, ਬਲਕਿ ਬਦਲ ਬਣ ਜੂਗੀ। ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਉਹਦਾ ਪੱਕਾ ਬਦਲ ਬਣ ਜੂਗੀ। ਇਹ ਲੋਕ ਸਾਡੇ ਨਾਲ ਆ, ਲੋਕ ਉਹਨਾਂ ਤੋਂ ਖਫਾ ਵਾ, ਲੋਕ ਉਹਨਾਂ ਨਾਲ ਨਾਲ। ਸਾਡੀ ਲੜਾਈ ਕਾਂਗਰਸ ਦੇ ਨਾਲ ਵੀ ਆ, ਬਾਦਲਾਂ ਦੇ ਨਾਲ ਵੀ ਆ, ਇਹਨਾਂ ਦੋਵਾਂ ਦੇ ਨਾਲ ਆ। ਇਹਨਾਂ ਦੋਵਾਂ ਨੇ ਪੰਜਾਬ ਦਾ ਬਹੁਤ ਵਾਰੀ ਵਾਰੀ ਸੱਤਿਆਨਾਸ ਕੀਤਾ ਵਾ। ਇਸ ਕਰਕੇ ਸਭ ਲੋਕ ਇਹਨਾਂ ਦੋਵਾਂ ਪਾਰਟੀਆਂ ਦੇ ਖਿਲਾਫ਼ ਆ। सब्सक्राइब करें चढ़ती कला टाइम टीवी को और लेटेस्ट अपडेट पाने के लिए प्रेस करें बेल आइकन को।